ਖਬਰਲੇ ਨੇ ਫਾਜ਼ਿਲਕਾ ਤੋਂ ਜਿੱਥੇ ਅਬੋਹਰ ਦੇ ਸੀਡ ਫਾਰਮ ਪੱਕਾ ਵਿਖੇ ਇੱਕ ਪਰਿਵਾਰ ਦੀਆਂ ਔਰਤਾਂ ਵੱਲੋਂ ਪੁਲਿਸ ਅਧਿਕਾਰੀ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਲਾਸ਼ ਕੌਰ ਪਤਨੀ ਨਿਸ਼ਾਨ ਸਿੰਘ ਅਤੇ ਹਰਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀਆਂ ਸੀਡ ਫਾਰਮ ਪੱਕਾ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਮਿਤੀ 15 ਫਰਵਰੀ ਨੂੰ ਸ਼ਾਮ ਦੇ ਕਰੀਬ 5 ਵਜੇ ਪੁਲਿਸ ਸਿਟੀ 2 ਅਬੋਹਰ ਤੋਂ ASI ਭੁਪਿੰਦਰ ਸਿੰਘ ਅਤੇ ਉਸਦੇ ਨਾਲ ਕੁਝ ਮੁਲਾਜ਼ਮ ਜ਼ਬਰਦਸਤੀ ਉਹਨਾਂ ਦੇ ਘਰ ਵਿੱਚ ਅੰਦਰ ਦਾਖਲ ਹੋ ਗਏ ਅਤੇ ਉਹਨਾਂ ਦੇ ਦੇਵਰ ਸ਼ੇਰ ਸਿੰਘ ਪੁੱਤਰ ਧਰਮ ਸਿੰਘ ਨੂੰ ਬਿਨਾਂ ਕਿਸੇ ਕਸੂਰ ਦੇ ਘਰ ਵਿੱਚ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਘਰੋਂ ਲੈ ਗਏ। ਇਸ ਦੌਰਾਨ ਜਦੋਂ ਉਹਨਾਂ ਨੇ ASI ਭੁਪਿੰਦਰ ਸਿੰਘ ਤੋਂ ਉਹਨਾਂ ਦੇ ਦੇਵਰ ਨੂੰ ਲਿਜਾਣ ਦਾ ਕਾਰਨ ਪੁੱਛਿਆ ਤਾਂ ਉਸ ਵੱਲੋਂ ਉਹਨਾਂ ਨੂੰ ਸ਼ਰੇਆਮ ਥੱਪੜ ਮੁੱਕੇ ਮਾਰੇ ਅਤੇ ਲੱਤਾਂ ਦੇ ਤੇ ਡੰਡੇ ਮਾਰੇ ਗਏ। ਉਹਨਾਂ ਕਿਹਾ ਕਿ ਉਸ ਵੱਲੋਂ ਉਹਨਾਂ ਨਾਲ ਸ਼ਰੇਆਮ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਹੈ ਅਤੇ ਥਾਣੇ ਲਿਜਾ ਕੇ ਉਹਨਾਂ ਨਾਲ ਕੁੱਟਮਾਰ ਕਰਨ ਦੀ ਵੀ ਧਮਕੀ ਦਿੱਤੀ ਗਈ ਹੈ। ਉਹਨਾਂ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਦਿਹਾੜੀ ਮਜ਼ਦੂਰੀ ਕਰਦੇ ਨੇ ਅਤੇ ਉਹਨਾਂ ਦੇ ਦੇਵਰ ਸ਼ੇਰ ਸਿੰਘ ਦੀ ਉਮਰ ਤਕਰੀਬਨ 20 ਸਾਲਾਂ ਦੀ ਹੈ ਅਤੇ ਉਹ ਦਮੇ ਦੀ ਬਿਮਾਰੀ ਦਾ ਮਰੀਜ਼ ਵੀ ਹੈ। ਉਹ ਵੀ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਨਹੀਂ ਕਰਦੇ ਅਤੇ ਨਾ ਹੀ ਕੋਈ ਗੈਰ ਕਾਨੂੰਨੀ ਕੰਮ ਕਰਦੇ ਨੇ। ਹੋਰ ਉਹਨਾਂ ਨੇ ਕੀ ਕਿਹਾ, ਆਓ ਮਾਰਦੇ ਆ ਪੂਰੀ ਖਬਰ ਤੇ ਨਜ਼ਰ। ਸਰ, ਮੇਰਾ ਨਾਮ ਕੈਲਾਸ਼ ਕੌਰ, ਪਤਨੀ ਨਿਸ਼ਾਨ ਸਿੰਘ ਆ। ਸਰ, ਸਾਡਾ ਪਿੰਡ ਸੀਡ ਫਾਰਮ ਪੱਕਾ ਹੈ, ਠੀਕ ਹੈ। ਆ ਕੁਛ ਭੁਪਿੰਦਰ ਸਿੰਘ ਗਿਆ ਸੀ ਸਾਡੇ ਘਰ ਸਟਾਫ ਲੈ ਕੇ। ਸਰ, ਇਹਨਾਂ ਨੇ ਸਾਡੇ ਨਜਾਇਜ਼ ਮੁੰਡੇ ਨੂੰ ਚੱਕ ਕੇ ਲਿਆਂਦਾ, ਕੁਛ ਚੋਰ ਫੜੀਕੇ ਸੀ ਜਿਹਦੇ ਵਿੱਚ ਸਾਡੇ ਉਹਨਾਂ ਚੋਰਾਂ ਨੇ ਮੇਰੇ ਦਿਓਰ ਦਾ ਵੀ ਨਾਮ ਲੈ ਦਿੱਤਾ। ਕਹਿੰਦੇ ਨੇ ਇਹ ਸਾਡੇ ਨਾਲ ਹੈਗਾ, ਪਰ ਸਾਡਾ ਮੁੰਡਾ ਇਹੋ ਜਿਹੇ ਕੰਮ ਨਹੀਂ ਕਰਦਾ। ਚਲੋ ਤੁਸੀਂ ਫੜ ਲਿਆਂਦਾ, ਫੜ ਲਿਆ ਸੀ, ਅਸੀਂ ਤੁਹਾਨੂੰ ਇਹੀ ਪੁੱਛਿਆ ਸੀ ਨਾ ਕਿ ਤੁਸੀਂ ਸਾਡੇ ਮੁੰਡੇ ਨੂੰ ਕਿਸ ਬੇਸ 'ਤੇ ਲੈ ਕੇ ਚੱਲੇ ਹੋ, ਪਰ ਤੁਸੀਂ ਸਾਨੂੰ ਗਾਲੀ ਗਲੋਚ ਕੀਤਾ ਅਤੇ ਮੇਰੀ ਜਠਾਣੀ ਵੱਡੀ ਨੂੰ ਧੱਕਾ ਮਾਰਿਆ, ਥੱਪੜ ਮਾਰਿਆ, ਫਿਰ ਮੈਂ ਅੱਗੋਂ ਹੋਈ। ਮੈਂ ਕਿਹਾ ਤੂੰ ਕੌਣ ਹੁੰਦਾ ਮੇਰੀ ਜਠਾਣੀ ਨੂੰ ਥੱਪੜ ਮਾਰਨ ਵਾਲਾ? ਅੱਜ ਤੱਕ ਅਸੀਂ ਵੱਡਿਆਂ ਦੀ ਰਿਸਪੈਕਟ ਕਰਨੇ ਆ। ਸਾਰਿਆਂ ਨੇ ਮੇਰੇ ਵਾਲ ਪੁੱਟੇ, ਮੇਰੇ ਥੱਪੜ ਮਾਰਿਆ, ਮੇਰੇ ਗਿੱਟਿਆਂ 'ਤੇ ਡੰਡਾ ਮਾਰਿਆ। ਮੈਨੂੰ ਕਹਿੰਦਾ ਮੈਂ ਭੁਪਿੰਦਰ ਸਿੰਘ ਆ, ਭੁਪਿੰਦਰ ਸਿੰਘ। ਸਰ, ਭੁਪਿੰਦਰ ਸਿੰਘ ਹੋਵੇਗਾ ਆਪਦੇ ਸਿਟੀ 2 ਦੇ ਵਿੱਚ, ਪਰ ਮੇਰੇ 'ਤੇ ਭੁਪਿੰਦਰ ਸਿੰਘ ਨਹੀਂ ਲੱਗਿਆ ਸੀ। ਸਾਨੂੰ ਲੇਡੀਜ਼ ਨੂੰ ਲੇਡੀਜ਼ ਕੁੱਟ ਲੈਂਦੀ, ਸਾਨੂੰ ਕੋਈ ਦੱਖ ਨਹੀਂ। ਪਰ ਸਾਨੂੰ ਇਸ ਅਫਸਰ ਨੇ ਸਾਡੇ 'ਤੇ ਬਹੁਤ ਸਾਨੂੰ ਜਲੀਲ ਕੀਤਾ, ਸਾਨੂੰ ਇੰਨਾ ਕੁੱਟਿਆ ਮਾਰਿਆ ਉੱਥੇ ਦਰਾਣੀ ਜਠਾਣੀ ਨੂੰ। ਭਲਾ ਇਹਨੂੰ ਵੀ ਬਿਆਨ ਲੈ ਸਕਦੇ ਜੋ, ਪਰ ਮੇਰੇ ਦਿਓਰ 'ਤੇ ਇਹਨਾਂ ਨੇ ਨਜਾਇਜ਼ ਆਉਂਦਿਆਂ ਪਰਚਾ ਪਾ ਦਿੱਤਾ। ਅੱਜ ਮੇਰੀ ਜਠਾਣੀ 17 ਤਰੀਕ ਨੂੰ ਆਈ ਇੱਥੇ, ਇਹਨੂੰ ਕਹਿੰਦਾ ਲੈ ਮੈਂ ਤੇਰੇ ਦਿਓਰ 'ਤੇ ਪਰਚਾ ਪਾਤਾ ਕਿ ਨਹੀਂ। ਇਹਨੇ ਸਾਨੂੰ ਇੱਕ ਲਲਕਾਰਦਾ ਹੈ, ਕਦੇ ਸਾਨੂੰ ਪੁਲਿਸ ਦੀਆਂ ਧਮਕੀਆਂ ਦਿੰਦਾ, ਕਦੇ ਸਾਨੂੰ ਕਿਵੇਂ ਕਹਿੰਦਾ, ਕਦੇ ਕਹਿੰਦਾ ਮੈਂ ਤੁਹਾਡਾ ਮੁੰਡਾ ਰਿਮਾਂਡ 'ਤੇ ਲੈਣਾ, ਪਰ ਜੋ ਮਰਜ਼ੀ ਕਰੋ ਚੋਰਾਂ ਨਾਲ, ਪਰ ਸਾਡੇ ਨਾਲ ਤਾਂ ਬਦਸਲੂਕੀ ਤਾਂ ਨਾ ਕਰਦਾ। ਇਸ ਵਾਸਤੇ ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਅਸੀਂ DSP ਨੂੰ ਵੀ ਕਹਾਂਗੇ, ਦਰਖਾਸਤਾਂ ਵੀ ਲਾਈਆਂ ਨੇ, ਪਰ ਸਾਨੂੰ ਦੋਵਾਂ ਦਰਾਣੀ ਜਠਾਣੀ ਨੂੰ ਇਨਸਾਫ਼ ਚਾਹੀਦਾ। ਅਸੀਂ ਆਪਦੇ ਦੇਵਰ ਵਾਸਤੇ ਵੀ ਲੜਾਂਗੀਆਂ, ਆਪਦੇ ਵਾਸਤੇ ਵੀ ਲੜਾਂਗੀਆਂ। ਨਹੀਂ ਸਰ, ਲੇਡੀਜ਼ ਪੁੰਨੀ ਹੈਗੀ ਸੀ, ਭੁਪਿੰਦਰ ਸਿੰਘ ਹੀ ਸੀਗਾ। ਹਾਂਜੀ, 5-6 ਹੋਣਗੇ ਸਟਾਫ ਵਾਲੇ। ਸਰ, ਮੈਨੂੰ ਲੱਗਦਾ ਹੈ ਇਹਨੇ ਨਸ਼ਾ ਕੀਤਾ ਹੋਇਆ ਸੀ ਭੁਪਿੰਦਰ ਸਿੰਘ ਨੇ। ਇਹਦੀਆਂ ਅੱਖਾਂ ਬਾਹਰ ਸੀਗੀਆਂ, ਇਹਨੂੰ ਦਿਸਦਾ ਨਹੀਂ ਸੀ ਇਹ ਬੰਦਾ ਹੈ ਕਿ ਬੁੜੀ ਹੈ। ਬਸ ਡੰਡਾ ਦਿਖਾ ਦਿੰਦਾ ਸੀ ਕਿ ਡੰਡਾ ਸਾਡੇ ਤੇ ਵਿੱਚ ਲਾ ਲਵੇਗਾ ਇਹ। ਸਰ, 5 ਦਾ ਹੋਵੇਗਾ, 5:30 ਦਾ ਹੋਵੇਗਾ ਕਰੀਬ। ਸਰ, ਸਾਨੂੰ ਇਹੀ ਇਨਸਾਫ਼ ਚਾਹੀਦਾ, ਸਾਨੂੰ ਲੇਡੀਜ਼ ਨੂੰ ਲੇਡੀਜ਼ ਕੁੱਟ ਲੈਂਦੀ, ਪਰ ਸਾਨੂੰ ਇਹ ਅਫਸਰ ਨਾ ਹੱਥ ਲਾਉਂਦਾ ਅਤੇ ਸਾਡੇ ਦਿਓਰ ਨੂੰ ਜੋ ਮਰਜ਼ੀ ਸਜ਼ਾ ਕਰ ਦਿੰਦੇ, ਪਰ ਅਸੀਂ ਇੱਥੋਂ ਤੱਕ ਨਹੀਂ ਜਾਣਾ ਸੀ। ਸਾਨੂੰ ਇਹਨੇ ਹੱਥ ਲਾਇਆ ਹੈ, ਪਰ ਇਹਨੂੰ ਅਸੀਂ ਇਹਨੂੰ ਸਸਪੈਂਡ ਕਰਾਉਣਾ, ਸਾਡੀ ਇਹੀ ਮੰਗ ਹੈ। ਅਸੀਂ ਹਾਈ ਕੋਰਟ ਤੱਕ ਜਾਵਾਂਗੇ, ਪਟੀਸ਼ਨ ਲਾਵਾਂਗੀ, ਅਸੀਂ ਇਹਨੂੰ ਸਸਪੈਂਡ ਕਰਾਉਣਾ। ਸਾਨੂੰ ਕਹਿੰਦਾ ਲੈ ਮੈਂ ਤਾਂ ਅੱਜ ਵੀ ਵਰਦੀਆਂ ਪਾਈ ਫਿਰਨਾ, ਤੂੰ ਮੇਰਾ ਕੀ ਕਰ ਲਿਆ? ਇਹਨੇ ਸਾਨੂੰ ਇੱਦਾਂ ਬੋਲਿਆ ਜਠਾਣੇ ਦੇ ਵਿੱਚ, ਮੈਂ ਤਾਂ ਅੱਜ ਵੀ ਵਰਦੀ ਪਾਈ ਫਿਰਨਾ, ਜੇ ਵਰਦੀ ਪਾਈ ਫਿਰਦਾ ਤਾਂ ਮੈਂ ਲਵਾ ਵੀ ਸਕਦੀ ਹਾਂ। ਮੈਨੂੰ ਕਹਿੰਦਾ ਤੂੰ ਸਿਟੀ 2 ਦੇ ਵਿੱਚ ਆ ਜਾ, ਮੈਂ ਤੈਨੂੰ ਨੰਗੀ ਕਰਕੇ ਕੁੱਟਾਂਗਾ ਜੇ ਤੂੰ ਪਿਓ ਦੀ ਹੈਗੀ ਹੈ ਤਾਂ, ਜੇ ਤੇਰਾ ਪਿਓ SHO ਲੱਗਾ ਹੈ ਤਾਂ। ਇੱਦਾਂ ਦੇ ਇਹਨੇ ਮੈਨੂੰ ਬਕਵਾਸ ਕੀਤੇ ਸੀਗੇ। ਸਰ, ਮੇਰੀ ਮੰਗ ਇਹੀ ਹੈ, ਵੀ ਇਨਸਾਫ਼ ਹੋਣਾ ਚਾਹੀਦਾ ਹੈ। ਜੋ ਬਿਨਾਂ ਫਾਲਤੂ ਅੱਤਿਆਚਾਰ ਹੁੰਦੇ ਨੇ ਇੱਦਾਂ ਨਹੀਂ ਹੋਣਾ ਚਾਹੀਦਾ। ਜੇ ਅਗਰ ਕੋਈ ਵੀ ਕੋਈ ਚੋਰੀ ਕਰਦਾ, ਜ਼ੁਲਮ ਕਰਦਾ, ਉਹਨੂੰ ਸਜ਼ਾ ਦਿਓ ਹੱਕ ਸਰਕਾਰ ਦਾ। ਪਰ ਇੱਦਾਂ ਨਹੀਂ, ਘਰ 'ਚ ਜਾ ਕੇ ਜਿਹੜੀਆਂ ਘਰੇਲੂ ਔਰਤਾਂ ਨੇ, ਸਮਝਦਾਰ ਔਰਤਾਂ, ਉਹਨਾਂ 'ਤੇ ਵੀ ਅੱਤਿਆਚਾਰ ਨਾਲ ਬੋਲਿਆ ਜਾਏ। ਜੇ ਅਸੀਂ ਰਿਸਪੈਕਟ ਦਿੱਤੀਏ ਤਾਂ ਤੁਸੀਂ ਸਾਨੂੰ ਰਿਸਪੈਕਟ ਦਿਓ। ਅਸੀਂ ਪੁੱਛਿਆ ਸਰ ਤੁਸੀਂ ਕਿਉਂ ਆਏ ਹੋ, ਕਿਸ ਬੇਸ 'ਤੇ ਲੈ ਕੇ ਚੱਲੇ ਹੋ? ਤੁਸੀਂ ਸਾਨੂੰ ਕਹਿ ਦਿਓ ਇਹ ਚੋਰੀ 'ਚ ਨੇ, ਤੁਸੀਂ ਲੈ ਜਾਓ। ਅਸੀਂ ਕਹਿੰਦੇ ਲੈ ਜਾਓ, ਪਰ ਮੈਨੂੰ ਪੁੱਛਣ 'ਤੇ ਇਹਨਾਂ ਨੇ ਡੰਡਾ ਕਿਉਂ ਮਾਰਿਆ, ਮੈਨੂੰ ਧੱਕਾ ਕਿਉਂ ਮਾਰਿਆ, ਇੰਨੇ ਗਲਤ ਵਰਡ ਯੂਜ਼ ਕਿਉਂ ਕੀਤੇ?
ਸਾਡੀ ਇਹੀ ਇਨਸਾਫ ਹੈ, ਇਹੀ ਮੰਗ ਹੈ। ਇਹਨਾਂ ਨੇ ਸਾਨੂੰ ਕਰੈਕਟਰਲੈਸ ਦੱਸਿਆ ਹੈ। ਉਹ ਨਸ਼ਾ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਵੀ ਹੈ, ਇਹਦਾ ਮਤਲਬ ਸਾਡਾ ਤਾਂ ਕੋਈ ਕਸੂਰ ਨਹੀਂ ਹੈ। ਜਿਹੜੇ ਨਸ਼ਾ ਕਰਦੇ, ਬਲੈਕ ਕਰਦੇ, ਉਹਨਾਂ ਨੂੰ ਫੜਨ ਦੀ ਬਜਾਏ ਆ ਕੇ ਧੱਕਾ ਸਾਡੇ ਨਾਲ ਕਰੀ ਜਾਂਦੇ ਆ। ਅਤੇ ਅੱਜ ਮੈਂ ਰੋਟੀ ਫੜਾਉਣ ਆਈ ਅਤੇ ਇਹਨਾਂ ਨੇ ਮੈਨੂੰ ਇਹ ਆ ਮੈਨੂੰ ਕਹਿੰਦੇ ਕਿਉਂ ਸ਼ੇਰੇ ਨੂੰ ਮਿਲਣ ਆਈ, ਕਿਉਂ ਛਡਾ ਕੇ ਵਿਖਾਉਂਦੀ, ਧਮਕੀਆਂ ਦਿੰਦੀਆਂ ਸੀ। ਮੈਂ ਕਿਹਾ ਸਰ ਮੈਂ ਕੋਈ ਬਕਵਾਸ ਨਹੀਂ ਕਰਦੀ ਪਈ, ਮੈਂ ਰੋਟੀ ਫੜਾਉਣ ਆਈ ਹਾਂ, ਤੁਸੀਂ ਮੈਨੂੰ ਐਵੇਂ ਫਾਲਤੂ ਨਾ ਬੋਲੋ। ਫਿਰ ਮੈਂ ਸਾਰੇ ਸਟਾਫ ਨੂੰ ਕਿਹਾ, ਮੈਂ ਕਿਹਾ ਮੈਨੂੰ ਇੱਦਾਂ ਕਰਕੇ ਬੋਲੀ ਜਾਂਦੇ ਹੈ ਵੀ ਸਰ ਨੂੰ ਕਹੋ ਮੈਂ ਕੁਛ ਵੀ ਇੱਦਾਂ ਦਾ ਨਹੀਂ ਬੋਲਣ ਆਈ, ਮੈਂ ਰੋਟੀ ਲੈ ਕੇ ਆਈ ਹਾਂ। ਨਹੀਂ ਸਰ, ਸਾਨੂੰ ਤਾਂ ਇਹੀ ਕਹਿੰਦੇ ਨੇ, ਅਜੇ ਤਾਂ ਅਸੀਂ ਮੋਬਾਈਲ, ਅਸੀਂ ਤਾਂ ਬਹੁਤ ਕੁਛ ਪਾਵਾਂਗੇ। ਛਾਤੀ 'ਤੇ ਹੱਥ ਠੋਕ ਠੋਕ ਕੇ ਕਹਿੰਦਾ ਹੈ ਵੀ ਹੁਣ ਤਾਂ ਜੋ ਵੀ ਹੋਇਆ ਨਾ, ਜਾਂ ਜਿੱਥੇ ਤੁਹਾਡੇ ਕੋਲ ਕੋਸ਼ਿਸ਼ ਕੀਤੀ ਤੁਸੀਂ ਕਰ ਲਓ। ਭੁਪਿੰਦਰ ਸਿੰਘ ਨੇ ਸਰ ਕੁਛ ਵੀ ਨਹੀਂ ਹੈ, ਜੇ ਅਗਰ ਸਾਡੇ ਦਿਓਰ ਦਾ ਕਸੂਰ ਸੀਗਾ ਚ ਕੁਛ ਸੀ ਲਿਆਉਂਦੇ, ਜੋ ਮਰਜ਼ੀ ਸਜ਼ਾ ਦਿੰਦੇ, ਪਰ ਸਾਨੂੰ ਇਹ ਜੇ ਮੇਰਾ ਦਿਓਰ ਡਰ ਗਿਆ ਸੀ, ਕਹਿੰਦੇ ਜਿਹੜਾ ਮੇਰੀਆਂ ਭਰਜਾਈਆਂ ਅਤੇ ਲੇਡੀਜ਼ ਦੇ ਹੱਥ ਚੱਕ ਸਕਦਾ, ਉਹ ਸਾਡੇ 'ਤੇ ਕੁਛ ਵੀ ਬਣਾ ਸਕਦਾ ਹੈ। ਮੇਰਾ ਦਿਓਰ ਡਰ ਗਿਆ, ਇਹਨਾਂ ਨੇ ਕੁੱਟ ਕੁੱਟ ਕੇ ਮਨਾਇਆ ਹੈ, ਨਜਾਇਜ਼ ਕਰਿਆ, ਧੱਕਾ ਕਰਿਆ ਹੈ। ਇਹਨਾਂ ਜੋ ਕੁਛ ਕਰਦੇ ਆ ਮਿਲ ਕੇ ਕਰੀ ਜਾਂਦੇ ਆ। ਸਟਾਫ ਦੀ ਇਹੀ ਮੰਗ ਹੈ, ਇਹਨੇ ਲੇਡੀਜ਼ ਦੀ ਰਿਸਪੈਕਟ ਨਹੀਂ ਕੀਤੀ, ਸਾਡੇ ਬੇਇੱਜ਼ਤ ਕੀਤਾ, ਨੂੰ ਸਸਪੈਂਡ ਕੀਤਾ ਜਾਏ। ਸਰ ਜਿਹੜੀ ਲੇਡੀ ਨੇ ਅੱਜ ਕੋਈ ਦੋਸ਼ ਲਾਇਆ ਵੀ ਪੁਲਿਸ ਨੇ ਵੀ ਸਾਡੇ ਬੰਦੇ ਫੜੇ ਆ ਜੀ, ਉਹਦੇ 'ਤੇ ਪਰ ਗਲਤ ਸ਼ਬਦ ਬੋਲੇ ਗਏ, ਉਹਦੇ ਬਾਰੇ ਸਰ ਤੁਸੀਂ ਕੀ ਕਹਿਣਾ? ਇਹਦੇ ਵਿੱਚ ਜੀ ਇਹ ਮੁਕੱਦਮਾ ਨੰਬਰ ਅਸੀਂ 12/14/2023 ਨੂੰ ਮੁਕੱਦਮਾ ਦਰਜ ਕੀਤਾ, ਚੋਰੀ ਦਾ 379/2034 ਦਾ 411 ਦਾ ਵਾਧਾ ਕੀਤਾ। ਇਹਨਾਂ ਦੇ ਕੋਲੋਂ ਅਸੀਂ ਇੱਕ ਮੋਟਰਸਾਈਕਲ ਬਰਾਮਦ ਕੀਤਾ ਡੀਲੈਕਸ ਅਤੇ 7 ਮੋਬਾਈਲ ਬਰਾਮਦ ਕੀਤੇ ਆ। ਇਹ ਸਿਰਫ ਝੂਠਾ ਬਲੇਮ ਲਾਉਂਦੀਆਂ ਵੀ ਸਾਡਾ ਬੰਦਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਮੁੰਡਾ ਹੈਗਾ ਸ਼ੇਰ ਸਿੰਘ ਵੀ ਉਹ ਇਹਨਾਂ ਦਾ ਦਿਓਰ ਹੈਗਾ, ਇਹ ਚਾਹੁੰਦੀਆਂ ਵੀ ਅਸੀਂ ਇਹਨਾਂ 'ਤੇ ਦਬਾਅ ਪਾ ਕੇ ਵੀ ਉਹਨੂੰ ਇਸ ਛਡਾ ਲਾਂਗੇ। ਇਹ ਸਾਡੇ ਕੋਲ ਹੁਣ ਰਿਮਾਂਡ 'ਤੇ ਹੈਗੇ ਕੱਲ੍ਹ ਤੱਕ, ਅਤੇ ਸਾਨੂੰ ਹੋਰ ਵੀ ਸੰਭਾਵਨਾ ਹੈਗੀ ਹੈ ਕਿ ਇਹਨਾਂ ਦੇ ਕੋਲੋਂ ਅਸੀਂ ਹੋਰ ਵੀ ਕੁਛ ਬਰਾਮਦ ਕਰਾਵਾਂਗੇ। ਸਰ ਕੋਈ ਲੇਡੀ ਨੂੰ ਕਹਿੰਦੀ ਹੈ ਸਾਨੂੰ ਗਲਤ ਸ਼ਬਦ ਬੋਲੇ ਕੋਈ? ਨਹੀਂ ਨਹੀਂ ਜੀ, ਇਹ ਨਹੀਂ ਗਲਤ ਸ਼ਬਦ ਕੋਈ ਨਹੀਂ ਬੋਲੇ, ਇਹਨਾਂ ਨੂੰ ਘਰੋਂ ਲੈ ਕੇ ਆਉਂਦਾ ਸੀ ਅਤੇ ਉਸ ਟਾਈਮ 'ਤੇ ਇਹ ਇਹਨਾਂ ਚਾਹੁੰਦੀਆਂ ਸੀ ਵੀ ਸਾਨੂੰ ਇਹ ਛੱਡ ਜਾਣ, ਪਰ ਅਸੀਂ ਉਹਨਾਂ ਲੈ ਕੇ ਨਾਲ ਆ ਗਏ ਸੀ। ਸਰ ਜੇ ਤੁਸੀਂ ਹੁਣ ਚੋਰਾਂ ਨੂੰ ਫੜਦੇ ਹੋ, ਜੇ ਤੁਸੀਂ ਚੋਰਾਂ ਨੂੰ ਨਹੀਂ ਫੜਦੇ, ਪਬਲਿਕ ਤੁਹਾਡੇ 'ਤੇ ਦੋਸ਼ ਲਾਉਂਦੀ? ਫਿਰ ਪਬਲਿਕ ਸਾਡੇ 'ਤੇ ਦੋਸ਼ ਲਾਉਂਦੀ ਹੈ ਵੀ ਚੋਰ ਸ਼ਰੇਆਮ ਚੋਰੀਆਂ ਡਕੈਤੀਆਂ ਕਰੀ ਜਾਂਦੇ ਆ। ਇਹਨਾਂ ਦੇ ਵਿੱਚ ਅਸੀਂ ਇੱਕ ਮੁੰਡਾ ਹੋਰ ਅਰਨ ਕੁਮਾਰ ਫੜਿਆ, ਉਹ ਮੁਕੱਦਮਾ ਨੰਬਰ 87 ਦੇ ਵਿੱਚ ਹੈਗਾ, 10ਵੇਂ ਮਹੀਨੇ ਦੇ ਦਰਜ ਕੀਤਾ ਸੀ ਮੁਕੱਦਮਾ, ਅਤੇ ਉਹਦੇ ਕੋਲੋਂ ਅਸੀਂ 12 ਗ੍ਰਾਮ ਸੋਨਾ ਦੇ ਗਹਿਣੇ ਬਰਾਮਦ ਕਰਾਏ ਹੈ। ਇਹਨਾਂ ਨਾਲ ਹੀ ਹੈਗਾ ਉਹੀ ਮੁੰਡਾ ਵਾਰਦਾਤ ਦੇ ਵਿੱਚ। ਸਰ ਕਿੰਨੇ ਦਿਨਾਂ ਰਿਮਾਂਡ? ਕੱਲ੍ਹ ਤੱਕ ਆ ਜੀ। ਸਰ ਹੋਰ ਵੀ ਬਰਾਮਦ ਹੋ ਸਕਦਾ? ਹੋ ਸਕਦਾ ਜੀ। ਫਾਜ਼ਿਲਕਾ ਤੋਂ ਕ੍ਰਿਸ਼ਨ ਸਿੰਘ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।